ਐਜ਼ ਅ ਸੀਨ ਸਾਨੂੰ ਦੇਖਣਾ ਵੀ ਨਾ ਪਵੇ। ਇੱਕ ਸਾਡੇ ਬਜ਼ੁਰਗ ਸਾਡੇ ਵੱਡੇ ਪਟਿਆਲੇ ਦੇ ਜਿਹੜੇ ਬਹੁਤ ਮਾਣਯੋਗ ਜਿਨ੍ਹਾਂ ਦੇ ਕਰਕੇ ਪਟਿਆਲੇ ਨੂੰ ਅੱਜ ਨਵੀਂ ਦਿੱਖ ਮਿਲੀ ਹੈ। ਪਟਿਆਲੇ ਦੇ ਵਿੱਚ ਜਿਹੜੇ ਅਸੀਂ ਪ੍ਰੋਜੈਕਟ ਦੇਖ ਰਹੇ ਹਾਂ, ਚਾਹੇ ਪੀਣ ਵਾਲੇ ਪਾਣੀ ਦਾ, ਸਾਡੇ ਕੋਲ 3 ਯੂਨੀਵਰਸਿਟੀਆਂ ਆਈਆਂ, ਸਾਡੇ ਕੋਲ ਸੀਵਰ, ਪਾਣੀ, ਸੜਕਾਂ, ਪੁਲ, ਸਾਡੇ ਬਾਥਰੂਮ, ਅੰਡਰਗਰਾਊਂਡ ਡਸਟਬਿਨ, ਟੋਇਲਟ, ਕੁਛ ਵੀ ਜਿਹੜਾ ਸੀਗਾ ਤੁਸੀਂ ਗਿਣਤੀ ਗਿਣਨ ਲੱਗ ਜਾਓ ਤਾਂ ਇੰਨਾ ਕਦੇ ਵੀ ਕਿਸੇ ਮੁੱਖ ਮੰਤਰੀ ਨੇ ਆਪਣੇ ਇਲਾਕੇ ਵਾਸਤੇ ਨਹੀਂ ਕੀਤਾ। ਅਤੇ ਉਸ ਮੁੱਖ ਮੰਤਰੀ ਨਾਲ ਜਿਹੜਾ ਸਾਡੇ ਪਰਿਵਾਰ ਦਾ ਮੁਖੀ ਵੀ ਹੈ, ਬਜ਼ੁਰਗ ਵੀ ਹੈ ਸਾਡਾ, ਉਸਨੂੰ ਉਸ ਤਰੀਕੇ ਨਾਲ ਤੋਰਿਆ ਜਾਣਾ, ਉਰੇ ਆ ਕੇ ਲਿਫਟ ਬੰਦ ਕਰ ਦੇਣੀ, ਅੰਦਰ ਉਹਨਾਂ ਦੀ ਹਾਜ਼ਰੀ 'ਚ ਕੀ ਵਰਤਾਓ ਕੀਤਾ, ਇਹ ਸਾਰੇ ਪਟਿਆਲੇ ਦੇ ਵਾਸਤੇ, ਪੂਰੇ ਪੰਜਾਬ ਦੇ ਵਾਸਤੇ ਇਹ ਬਹੁਤ ਵੱਡੀ ਇੱਕ ਸ਼ਰਮਨਾਕ ਘਟਨਾ ਜਿਹੜੀ ਹੈਗੀ ਦਰਜ ਹੋਈ ਹੈ। ਤੇ ਮੈਂ ਚਾਹੁੰਦਾ ਹਾਂ ਕਿ ਇਤਿਹਾਸ 'ਚ ਅੱਗੇ ਤੋਂ ਕਦੇ ਕੋਈ ਇਹੋ ਜਿਹੀ ਮਾੜੀ ਘਟਨਾ ਨਾ ਵਾਪਰੇ। ਕਾਰਜਕਾਰੀ ਮੇਅਰ ਜੋਗਿੰਦਰ ਸਿੰਘ ਜੋਗੀ ਨੂੰ ਬਣਾ ਦਿੱਤਾ, ਉਹਨਾਂ ਨੂੰ ਪਾਵਰਾਂ ਦਿੱਤੀਆਂ ਕਿ ਹੁਣ ਜਿਹੜੀ ਸਾਈਨਿੰਗ ਅਥਾਰਟੀ ਆ ਹਰ ਇੱਕ ਪ੍ਰਕਾਰ ਦੀ ਉਹਨਾਂ ਕੋਲ ਰਹੇਗੀ ਜਾਂ ਤੁਹਾਡੇ ਕੋਲ ਆਏਗੀ ਜਾਂ ਤੁਹਾਨੂੰ ਹਾਈ ਕੋਰਟ ਨੇ ਕੋਈ ਉਹਦੇ ਲਿਖਿਆ। ਮੇਰੀ ਬੇਨਤੀ ਇੱਕ ਹੈ ਜੀ, ਮੈਂ ਕੋਈ ਐਡਵੋਕੇਟ ਨਹੀਂ ਆ, ਉਹ ਹਾਈ ਕੋਰਟ ਦੇ ਵਿੱਚ ਪੈਂਡਿੰਗ ਆ। ਤੁਹਾਨੂੰ ਪਤਾ ਹੈ ਕਿ ਜੇ ਕਿਤੇ ਇਹੋ ਜਿਹੇ ਕੰਮ ਹੋ ਸਕਦੇ ਹੁੰਦੇ ਤਾਂ ਜ਼ਰੂਰ ਹੋ ਜਾਂਦਾ। ਇਹ ਸਰਾਸਰ ਜਿਹੜਾ ਹੈਗਾ ਗਲਤ ਕੀਤਾ, ਅਤੇ ਜਿਨ੍ਹਾਂ ਨੇ ਵੀ ਕੀਤਾ ਉਹ ਹੁਣ ਅੱਗੇ ਆਉਣ ਵਾਲੇ ਸਮੇਂ 'ਚ ਹਾਈ ਕੋਰਟ ਦੇਖੇਗੀ। ਅਤੇ ਤੁਸੀਂ, ਮੇਰੀ ਸਾਰਿਆਂ ਨੂੰ ਵੀ ਬੇਨਤੀ ਆ, ਆਪਾਂ ਨੂੰ ਹਾਈ ਕੋਰਟ ਦੇ ਫੈਸਲੇ ਦੇ ਤਹਿਤ ਕਦੇ ਵੀ ਕੋਈ ਇਹੋ ਜਿਹੀ ਗੱਲ ਬੋਲਣੀ ਵੀ ਨਹੀਂ ਚਾਹੀਦੀ। ਮੇਰੇ ਸਾਹਿਬ ਤੁਹਾਡੇ ਵੱਲੋਂ ਵੀ ਪਟੀਸ਼ਨ ਪਾਈ ਗਈ ਹੈ ਕੋਈ ਕਿਹੜੀ ਜੀ ਇਸ ਸੀਟ ਨੂੰ ਲੈ ਕੇ? ਹਾਂਜੀ, ਪਟੀਸ਼ਨ ਭਾਈ ਸਾਹਿਬ ਮੈਨੇ ਪਾਣੀ ਸੀ ਨਾ ਜੀ। ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਆਮ ਲੋਕ ਤਾਂ ਸ਼ਸ਼ਾਂਗਰ ਦੇ ਵਿੱਚ ਵੇਖਦੇ ਨੇ, ਉਹ ਕਹਿੰਦਾ ਮੈਂ ਮੇਰਾ, ਤੁਸੀਂ ਕਹਿੰਦਾ ਮੈਂ ਮੇਰਾ, ਫਿਰ ਆਮ ਪਬਲਿਕ ਜਿਹੜੀ ਕੰਮ ਕਰਾਉਣ ਵਾਸਤੇ ਆ ਰਹੀ ਹੈ ਉਹ ਕਿੰਨਾ ਕੋਲ ਆਊਗੀ, ਤੁਹਾਡੇ ਕੋਲ ਆਊਗੀ ਕਿ ਉਹਨਾਂ ਕੋਲ ਆਊਗੀ? ਦੇਖੋ ਜੀ, ਜਿਹੜਾ ਮੇਅਰ ਦੀ ਡਿਊਟੀ ਹੁੰਦੀ ਹੈ, ਮੇਅਰ ਨੇ ਜਿਹੜੇ ਸਰਕਾਰ ਦੇ ਵਿੱਚ ਰੈਜ਼ੋਲੂਸ਼ਨ ਪਾਸ ਕਰਨੇ ਹੁੰਦੇ ਆ, ਮਤੇ ਪਾਸ ਕਰਨੇ ਹੁੰਦੇ ਆ, ਜਿਹੜੇ ਸ਼ਹਿਰ ਦੇ ਜ਼ਰੂਰੀ ਕੰਮ ਹੁੰਦੇ ਹਨ, ਸਾਡੇ ਇੰਪਲਾਈਜ਼ ਦੇ ਕੰਮ ਹੁੰਦੇ ਹਨ, ਉਹ ਜਿਹੜੀ ਮੀਟਿੰਗਸ ਜਿਹੜੀਆਂ ਹਨ ਸਮੇਂ ਬਾਹਰ ਹੋਣਗੀਆਂ। ਅਤੇ ਉਹਦੇ ਵਿੱਚ ਜਿਹੜਾ ਹੈਗਾ ਰੂਟੀਨ ਦੇ ਜਿਹੜੇ ਕੰਮ ਆ, ਉਹ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ, ਸਾਡੇ ਐਕਸਨ SDO, ਸਾਡੇ ਜੁਆਇੰਟ ਕਮਿਸ਼ਨਰ, ਇਹਨਾਂ ਨੇ ਕਰਨਾ ਹੁੰਦਾ। ਇੱਕ ਸੰਵਿਧਾਨਿਕ ਪੋਸਟ ਹੈ, ਜਦੋਂ ਕੋਈ ਗੱਲ ਹੋਣੀ ਹੈ ਤਾਂ ਉਹ ਅਸੀਂ ਪੂਰਾ ਕਰਾਂਗੇ। ਭਾਈ ਸਾਹਿਬ, ਇੱਕ ਮੈਨੂੰ ਤੁਸੀਂ 6 ਵਾਰੀ ਪੁੱਛ ਚੁੱਕੇ, ਮੈਂ ਤੁਹਾਨੂੰ ਹਾਈ ਕੋਰਟ ਕਹਿ ਚੁੱਕਿਆ, ਤੁਹਾਨੂੰ ਸਮਝ ਕਿਉਂ ਨਹੀਂ ਆ ਰਹੀ? ਮੇਰੇ ਤੋਂ ਲਿਖਾ ਕੇ ਲੈ ਲਓ ਵੀਰ ਜੀ, ਪਲੀਜ਼। ਜਿਹੜੀ ਮਰਿਆਦਾ ਹੈ, ਜਦੋਂ ਉਸ ਦਿਨ ਬਹੁਮਤ ਨਹੀਂ ਸਾਬਤ ਹੋ ਸਕਿਆ ਤਾਂ ਮੈਂ ਸੋਚਦਾ ਕਿ ਜਿਹੜਾ ਤਰੀਕੇ ਦੇ ਨਾਲ ਆ ਕੇ ਬੈਠਣਾ ਕੁਰਸੀ ਦੇ ਉੱਪਰ, ਇਹ ਡੈਮੋਕ੍ਰੇਸੀ ਨੂੰ ਕਿਤੇ ਆਪਾਂ ਕਿਲ ਕਰ ਰਹੇ ਹਾਂ। ਮੈਂ ਡੈਮੋਕ੍ਰੇਸੀ ਦੀ ਜਿਹੜੀ ਗੱਲ ਕਰਦਾ, ਆਪਣੇ ਹਾਊਸ ਦੀ ਡੈਮੋਕ੍ਰੇਸੀ ਦੀ ਗੱਲ ਕਰਦਾ। ਦੇਖੋ, ਸ਼ਹਿਰ ਦੀ ਕੋਈ ਵੀ ਤੁਹਾਡੀਆਂ ਉਲਝਣ ਹੈ, ਕੋਈ ਸਮੱਸਿਆਵਾਂ ਹੈ, ਤਾਂ ਇਹਦੇ ਵਾਸਤੇ ਸਾਡੇ ਕੋਲ ਇੱਕ ਜਨਰਲ ਹਾਊਸ ਹੈ ਜਿਹਦੇ ਵਿੱਚ ਅਸੀਂ ਲਿਆ ਕੇ ਸਾਰੀ ਮੀਟਿੰਗ ਦੇ ਵਿੱਚ ਅਸੀਂ ਪਾਸ ਕਰਦੇ ਹਾਂ। ਅਤੇ ਜਨਰਲ ਹਾਊਸ ਦਾ ਜਿਹੜਾ ਕੋਰਮ ਹੈ ਉਹ ਸਾਡਾ 31 MC ਹੋਣ ਤਾਂ ਪੂਰਾ ਹੁੰਦਾ ਹੈ। ਮੈਂ ਮੇਅਰ ਸਾਹਿਬ ਦੀ ਗੱਲ ਕਰਦਾ, 24 MC ਉਸ ਦਿਨ ਇਹਨਾਂ ਦੇ ਨਾਲ ਸੀਗੇ, ਸਮੇਤ ਮੇਅਰ ਸਾਹਿਬ ਦੇ। ਜੇ ਕਹਿੰਦੇ ਨਾ ਮੈਨੂੰ 25 ਵੋਟਾਂ ਪਈਆਂ, ਤਾਂ 24 MC ਨਾਲ ਸੀ। 24 ਦੇ ਵਿੱਚੋਂ ਵੀ ਇਹਨਾਂ ਦਾ ਜ਼ਮੀਰ ਜਾਣਦਾ ਕਿ ਇਹਨਾਂ ਨੇ ਕਿੰਨੇ MC ਕਿੰਨੇ ਦਿਨਾਂ ਤੋਂ ਉੱਥੇ ਜ਼ਬਰਦਸਤੀ ਰੋਕੇ ਹੋਏ ਸੀ। ਪਰ ਮੈਨੂੰ ਇਹਨਾਂ ਗੱਲਾਂ ਤੋਂ ਕੋਈ ਲੈਣਾ ਦੇਣਾ ਨਹੀਂ। ਮੈਂ ਸਿਰਫ ਇੱਕੋ ਗੱਲ ਸਵਾਲ ਕਰਦਾ ਕਿ ਜਿਸ ਦਿਨ ਤੁਸੀਂ ਸ਼ਹਿਰ ਦੇ ਵਾਸਤੇ ਕੋਈ ਵੀ ਤੁਹਾਨੂੰ ਜ਼ਰੂਰਤ ਪੈਂਦੀ ਹੈ, ਵੈਸੇ ਵੀ ਜਿਹੜਾ ਸਾਡਾ ਬਾਈਲੋਜ਼ ਦੇ ਹਿਸਾਬ ਦੇ ਨਾਲ ਸਾਲ ਦੀਆਂ 12 ਮੀਟਿੰਗਾਂ ਜਨਰਲ ਹਾਊਸ ਦੀਆਂ ਕਰਨੀਆਂ ਜ਼ਰੂਰੀ ਹੈ, ਤਾਂ ਹਜੇ ਸਾਡੇ 14 ਮਹੀਨੇ ਪਏ ਹੈ। ਦੈਟ ਮੀਨਸ ਕਿ ਤੁਸੀਂ 14 ਮੀਟਿੰਗ ਲਓਗੇ। ਉਹ ਵੱਖਰੀ ਗੱਲ ਹੈ ਕਿ ਇਹਨਾਂ ਨੇ ਅੱਜ ਦਿਨ ਤੱਕ ਕਦੇ ਵੀ ਸਾਲ ਦੇ ਵਿੱਚ 12 ਮੀਟਿੰਗਾਂ ਤਾਂ ਛੱਡੋ, ਮੇਰੇ ਖਿਆਲ ਕਿਤੇ 5-6 ਵੀ ਹੋ ਗਈਆਂ ਹੋਣੇ, ਤਾਂ ਭਾਗਾਂ ਦਾ ਸਾਲ ਹੋਣਾ। ਅਦਰਵਾਈਜ਼ ਜੇ ਸਾਨੂੰ ਉਹ ਜਨਰਲ ਹਾਊਸ ਬੁਲਾਉਣਾ ਪੈਂਦਾ ਤਾਂ ਜਨਰਲ ਹਾਊਸ ਦੇ ਵਿੱਚ ਸਾਡੇ ਕੋਲ 31 MC ਤੁਹਾਡੇ ਕੋਲ ਨਹੀਂ ਹੈਗੇ, ਤਾਂ ਤੁਸੀਂ ਕੋਰਮ ਪੂਰਾ ਨਹੀਂ ਕਰ ਸਕਦੇ, ਜਨਰਲ ਹਾਊਸ ਹੋਣਾ ਨਹੀਂ, ਤਾਂ ਇਕੱਲਾ ਆ ਕੇ ਕੁਰਸੀਆਂ ਦੇ ਉੱਪਰ ਬੈਠਣਾ। ਮੈਂ ਜੇ ਅੱਜ ਮੈਨੂੰ ਪਾਰਟੀ ਨੇ, ਸਰਕਾਰ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ, ਤਾਂ ਮੈਂ ਇਸ ਸੀਟ 'ਤੇ ਬੈਠ ਕੇ ਹੀ ਸਾਰਾ ਕੰਮ ਕਰ ਰਿਹਾ। ਹਾਈ ਕੋਰਟ ਦੀ ਜਿਹੜੀ ਕੱਲ੍ਹ ਇੱਕ ਨੋਟਿਸ ਆਇਆ, ਉਹ ਕੀ ਹੈਗਾ ਨੋਟਿਸ? ਦੇਖੋ, ਨੋਟਿਸ ਮੇਰੇ ਕੋਲ ਹਜੇ ਤੱਕ ਸਰਵ ਨਹੀਂ ਹੋਇਆ, ਨਾ ਮੈਨੂੰ ਇਸ ਨੋਟਿਸ ਬਾਰੇ ਪਤਾ ਹੈ। ਇੰਨੀ ਗੱਲ ਜ਼ਰੂਰ ਪਤਾ ਲੱਗੀ ਹੈ ਕਿ ਇਹਨਾਂ ਨੇ ਵੀ, ਮੈਂ ਤੁਹਾਡੇ ਅਖਬਾਰਾਂ ਦੇ ਮੀਡੀਆ ਔਰ ਸੋਸ਼ਲ ਮੀਡੀਆ ਦੇ ਰਾਹੀਂ ਮੈਨੂੰ ਸਾਰੀ ਜਾਣਕਾਰੀ ਮਿਲੀ ਹੈ, ਅਤੇ ਮੈਂ ਅੱਜ ਆ ਕੇ ਬੈਠਿਆ, ਬੈਠ ਕੇ ਉਹਨਾਂ ਨੂੰ ਦੇਖਦਾ ਕੀ ਹੈਗੀ ਹੈ, ਤਾਂ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਕੋਈ ਦੱਸ। ਜਿਹੜੀ ਹੁਣ ਜਨਰਲ ਹਾਊਸ ਬੁਲਾਉਣ ਦੀ ਜਾਂ ਕੋਈ ਵੀ ਸੈਨਿੰਗ ਅਥਾਰਟੀ ਐਜ਼ ਏ ਮੇਅਰ, ਉਹ ਤੁਹਾਡੇ ਕੋਲ ਹੈ ਜਾਂ ਸੰਜੀਵ ਬਿੱਟੂ ਕੋਲ ਹੈ? ਮੈਨੂੰ ਸਰਕਾਰ ਨੇ ਫਿਲਹਾਲ ਜ਼ਿੰਮੇਵਾਰੀ ਸੌਂਪੀ ਹੈ ਕਾਰਜਕਾਰੀ ਮੇਅਰ ਦੇ ਤੌਰ 'ਤੇ, ਤਾਂ ਨੈਚੁਰਲੀ ਆ ਪਾਵਰ ਸਾਰੀਆਂ ਇੱਧਰ ਹੀ ਹੋਣਗੀਆਂ। ਬਾਕੀ ਹੁਣ ਜਿੱਥੇ ਆ ਕੇ ਕੋਈ ਜਨਰਲ ਹਾਊਸ ਦੀ ਲੋੜ ਪਏਗੀ ਤਾਂ ਜਨਰਲ ਹਾਊਸ ਬੁਲਾਵਾਂਗੇ, ਜਿੱਥੇ FNCC ਦੀ ਲੋੜ ਪਏਗੀ ਉੱਥੇ FNCC। ਇਸ ਤਰ੍ਹਾਂ ਹਾਊਸ ਦੇ ਵਿੱਚ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਇਹ ਜਿਹੜੀ ਪ੍ਰਕਿਰਿਆ ਲੰਬੀ ਪ੍ਰਕਿਰਿਆ ਹੁੰਦੀ ਹੈ, ਮੈਂ ਲੀਗਲ ਪੁਆਇੰਟ ਦੇ ਉੱਪਰ ਕੁਛ ਵੀ ਨਹੀਂ ਬੋਲਣਾ ਚਾਹਾਂਗਾ। ਇੰਨੀ ਗੱਲ ਮੈਂ ਜ਼ਰੂਰ ਜਾਣਦਾ ਕਿ ਜਦੋਂ ਇਹਦੀ ਰਿਮੂਵਲ ਹੋ ਜਾਏਗੀ ਤਾਂ ਮੈਨੂੰ ਲੈਟਰ ਇਸ਼ੂ ਹੋਣਾ,
लेकिन उस दिन हाउस ने डिसाइड करता ਸੀਗਾ ਕਿ ਜਿੰਨੀ ਦੇਰ ਸਸਪੈਂਡ ਹੈ ਉਨੀ ਦੇਰ ਜਿਹੜੀਆਂ ਪਾਵਰਸ ਹੈ ਉਹ ਸੀਨੀਅਰ ਡਿਪਟੀ ਮੇਅਰ ਦੇ ਕੋਲ ਰਹਿਣਗੀਆਂ।